ਕੀ ਹਾਲ ਚਾਲ ਨੇ ਸਾਹਿਬ ਜਨਾਬ? ਦੇਖੋ ਸਰਦੀਆਂ ਦਾ ਮੌਸਮ ਹੈ ਤੇ ਹਰ ਪਾਸੇ ਧੁੰਦ ਵਗੈਰਾ ਪੈ ਰਹੀ ਹੈ, ਠੀਕ ਹੈ। ਤੇ ਇਹ ਮੇਰੇ ਦੋ ਕਜ਼ਨ ਹੈਗੇ ਨੇ, ਇਹ ਮੇਰਾ ਕਜ਼ਨ ਹੈ ਮੌਸਮ, ਤੇ ਇਹ ਮੇਰਾ ਭਰਾ ਅਰਸਲਾਨ ਹੈਗਾ, ਤੇ ਇਹ ਮੇਰਾ ਭਰਾ ਉਸਮਾਨ ਹੈ, ਵਿਹਲਾ ਤਰੀਨ ਬੰਦਾ ਹੈਗਾ, ਠੀਕ ਹੈ। ਵੈਸੇ ਗੇਂਦ ਬੱਲਾ ਖੇਡਦਾ ਤੇ ਉਸ ਤਰ੍ਹਾਂ ਕੁਛ ਵੀ ਨਹੀਂ ਕਰਦਾ ਹੈਗਾ, ਠੀਕ ਹੈ। ਤੇ ਇਹ ਭਰਾ ਜੀ ਅਸੀਂ ਹੈਗੇ ਹਾਂ, ਠੀਕ ਹੈ। ਅਸੀਂ ਆ ਹੀ ਨਹੀਂ ਰਹੇ ਵਿੱਚ ਕਿਉਂਕਿ ਫੋਨ ਦਾ ਡਬਲ ਟੈਪ ਕੰਮ ਹੀ ਨਹੀਂ ਕੀਤਾ, ਤੇ ਇਹ ਸੀ ਸਾਡਾ ਜਿਹੜਾ ਦਿਹਾਤ ਵਾਲਾ ਕੰਮ ਸਾਰਾ, ਠੀਕ ਹੈ। ਤੇ ਸਾਰਾ ਕੁਛ ਖਤਮ ਹੋ ਚੁੱਕਿਆ ਹੋਇਆ ਕਿਉਂਕਿ ਬਿੱਲੀ ਸਾਰਾ ਕੁਛ ਖਾ ਗਈ ਹੋਈ, ਤੇ ਇਸ ਟਾਈਮ ਸਾਡੇ ਕੋਲ ਇਹਦੇ ਵਿੱਚ ਕੁਛ ਹੈ ਨਹੀਂ ਹੈ, ਠੀਕ ਹੈ। ਤੇ ਅਸੀਂ ਫਿਰ ਵੀ ਦੁਬਾਰਾ ਕੋਸ਼ਿਸ਼ ਕੀਤੀ ਹੈ, ਅਸੀਂ ਲੈ ਕੇ ਆਏ ਹਾਂ ਦੋ ਸੀਲ ਦੇ ਬੱਚੇ, ਅਤੇ ਇਹ ਉਹ ਸੀਲ ਦੇ ਬੱਚੇ ਨੇ, ਠੀਕ ਹੈ। ਅਕਾਲਾ ਜਿਹੜਾ ਸੀਲ ਮੁਰਗਾ ਅਤੇ ਉਹ ਜਿਹੜੀ ਸੀਲ ਮੁਰਗੀ ਹੈ, ਠੀਕ ਹੈ। ਅਤੇ ਸਰਦੀਆਂ ਹੈਗੀਆਂ, ਸਿਰਫ ਅਸੀਂ ਇਹ ਦੋ ਲਿਆਉਂਦੇ ਨੇ, ਬਾਕੀ ਜਿਸ ਤਰ੍ਹਾਂ ਮੌਸਮ ਚੇਂਜ ਹੁੰਦਾ ਅਸੀਂ ਦੁਬਾਰਾ ਆਪਣੇ ਚੈਨਲ 'ਤੇ ਆਉਂਦੇ ਹਾਂ। ਅਤੇ ਹੁਣ ਅਸੀਂ ਇਹ ਵਿਹਲੇ, ਅਸੀਂ ਸੋਚਿਆ ਚਲੋ ਗੇਂਦ ਬੱਲਾ ਖੇਡਦਾ ਜਾਵੇ। ਗੇਂਦ ਬੱਲਾ ਖੇਡਣ ਤੋਂ ਪਹਿਲੇ ਸਾਨੂੰ ਯਾਦ ਆਇਆ ਸਾਡੇ ਘਰ ਧੋਤੇ ਨੇ ਕੱਪੜੇ ਸਾਰਿਆਂ ਨੇ, ਅਤੇ ਇਸ ਤਰ੍ਹਾਂ ਉਹ ਸਾਰੇ ਕੱਪੜੇ ਇੱਥੇ ਸੁੱਕਣੇ ਪਾਏ ਹੋਏ ਨੇ, ਅਤੇ ਉੱਥੋਂ ਅਸੀਂ ਗੇਂਦਾਂ ਕਰਾਉਣੀਆਂ ਸ਼ੁਰੂ ਕਰਦੇ ਹਾਂ, ਅਤੇ ਇੱਥੇ ਅਸੀਂ ਖਲੋਨੇ ਹੁੰਦੇ ਹਾਂ, ਠੀਕ ਹੈ। ਅਤੇ ਹੁਣ ਅਸੀਂ ਸਾਰੀ ਸਫਾਈ ਕਰਾਂਗੇ, ਸਫਾਈ ਕਰਕੇ ਤਾਂ ਇੱਥੇ ਗੇਂਦ ਬੱਲਾ ਸ਼ੁਰੂ ਕਰਾਂਗੇ, ਅਤੇ ਤੁਸੀਂ ਸਾਡੇ ਦਿਨ ਦੇ ਆਖਰ ਤੱਕ ਸਾਡੇ ਨਾਲ ਹੀ ਰਿਹਾ। ਸਾਰੇ ਸਫਾਈ ਦੇ ਲੱਗੇ ਨੇ, ਮੈਂ ਤੁਹਾਨੂੰ ਪਹਿਲੇ ਕਹੀ ਹੈ, ਬੰਦਾ ਵਿਹਲਾ ਹੈਗਾ ਅਤੇ ਗਰੀਬਾਂ ਦਾ ਵਿਰਾਟ ਕੋਹਲੀ ਲੱਗਾ ਹੋਇਆ ਇੱਥੇ ਕੰਨ, ਇਹ ਸਾਰੀ ਸਫਾਈ ਹੋ ਗਈ ਹੋਈ ਸਾਡੀ ਪੂਰੀ ਛੱਤ ਦੀ, ਸਾਡਾ ਗਰਾਉਂਡ ਵਿਹਲਾ ਹੈਗਾ, ਅਤੇ ਇੱਥੋਂ ਅਸੀਂ ਗੇਂਦ ਕਰਾਉਣੀ, ਉਹ ਸਾਹਮਣੇ ਅਸੀਂ ਖੇਡਣਾ ਕਰਨਾ ਹੈਗਾ, ਠੀਕ ਹੈ। ਅਸੀਂ ਇਹ ਸਾਰੇ ਸਾਹਮਣੇ ਖੇਡਾਂਗੇ, ਇਹ ਸਾਡੀ ਪਿੱਚ ਤੀਕਰ ਸਾਰਾ ਕੁਛ ਸਹੀ ਸਹੀ ਸਾਫ ਸਾਫ ਹੋ ਗਿਆ ਹੋਇਆ, ਫਿਰ ਉੱਥੇ ਅਸੀਂ ਖੇਡਣਾ ਸ਼ੁਰੂ ਕਰਾਂਗੇ। ਅਤੇ ਬਾਕੀ ਇਹ ਥੋੜ੍ਹਾ ਜਿਹਾ ਗੰਦ ਪਿਆ, ਅਸੀਂ ਖੁਦ ਹੀ ਪਾ ਕੇ ਰੱਖਿਆ ਹੋਇਆ ਕਿਉਂਕਿ ਬਹੁਤਾ ਸਫਾਈ ਪਾਕਿਸਤਾਨ 'ਚ ਲਾਓ ਨਹੀਂ ਹੈ ਯਾਰ। ਮੈਂ ਤੇ ਇਹ ਤੂੰ ਤੇ ਹੈ, ਠੀਕ ਹੈ। ਅਰਸਲਾਨ ਤੇ ਮੋਹਸਨ ਹੋਣਗੇ, ਮੈਂ ਤਾਂ ਸਮਾਨ ਹੋਵਾਂਗੇ। ਹਾਂ ਤੇ ਤੂੰ ਕੀ ਬੋਲਣਾ ਚਾਹੇਂਗਾ ਬੈਟਿੰਗ ਦੇ ਬਾਰੇ ਤੇ ਬੋਲਿੰਗ ਦੇ ਬਾਰੇ? ਕਿਉਂ ਗੂੰਗਾ? ਇਹ ਬੋਲੇਗਾ, ਇਹ ਬੋਲੇਗਾ, ਇਹ ਜ਼ਰੂਰ ਬੋਲੇਗਾ, ਕਿਉਂਕਿ ਪੂਰੇ ਘਰ ਚ ਫਜ਼ੂਲ ਇਹ ਬੋਲਦਾ। ਅੱਛਾ ਤੁਸੀਂ ਕਿੰਨੇ ਸਪੋਰਟ ਕਰਦੇ ਹੋ? ਤੁਸੀਂ ਮੈਂ ਵੀ ਲਾਲਾ ਫਰੀਦ, ਤੁਸੀਂ ਵੀ ਦੱਸੋ ਤੁਸੀਂ ਕਿੰਨੇ ਕਿੰਨੇ ਸਪੋਰਟ ਕਰਦੇ ਹੋ? ਸਾਰੇ ਕਮੈਂਟ ਚ ਆਪਣੇ ਆਪਣੇ ਫੇਵਰੇਟ ਖੇਡੋ ਦਾ ਨਾਮ ਦੱਸਣਾ, ਨਾਮ ਮੂੰਹ ਨਹੀਂ। ਟਾਸਕ ਕਰਨ ਲੱਗੇ ਆ, ਚਲੋ ਦੱਸੋ। ਤੇ ਇਹ ਤਕਰੀਬਨ ਆ ਗਿਆ ਜੇ 5, ਤੇ ਅਸੀਂ ਹਾਂਜੀ ਭਰਾ ਜੀ ਬੈਟਿੰਗ ਕਰੋਗੇ ਬੋਲਿੰਗ ਕਰੋਗੇ? ਬੈਟ ਫਸਟ ਹੈ ਵਾਰੀ ਤੇ ਪੁਜਾਰੀ ਰਹਿਣਗੇ, ਇਹਨਾਂ ਨੂੰ ਨੀ ਪਤਾ ਇੰਟਰਨੈਸ਼ਨਲ ਕਿਸ ਤਰ੍ਹਾਂ ਖੇਡੀਦਾ। ਸਾਡੇ ਸਟੰਪ ਨਹੀਂ ਹੈ, ਲੇਕਿਨ ਸਟੰਪ ਦੀ ਜਗ੍ਹਾ ਤੇ ਅਸੀਂ ਇਹ ਪਹਿਲੇ ਕਿੱਲੀਆਂ ਲਾਲ ਕਰਤੀ ਹੈ ਟੇਪ ਨਾਲ, ਠੀਕ ਹੈ। ਤੇ ਅਸੀਂ ਪਹਿਲੇ ਬੋਲਿੰਗ ਸ਼ੁਰੂ ਕਰਾਂਗੇ। ਕੀ ਹੋਇਆ ਕੀ ਹੋਇਆ? ਤੋ ਕੀ 5 ਰੁਪਏ ਕੀ ਮੈਨ ਆਫ ਦੀ ਮੈਚ ਹੈਗਾ ਸੀ, ਕਿੱਥੇ ਗਿਆ 5? ਸਮਾਨ ਵੇਖ ਰਿਹਾ, ਤੈਨੂੰ ਹਿੱਸਾ ਮਿਲੇਗਾ ਅੱਗੇ 2.5 ਰੁਪਏ ਨੇ ਉਹਦੇ ਪੱਲੇ, 2.5 ਤੈਨੂੰ ਦੇ ਦੇਗਾ, ਉਹਦੇ ਪਿੱਛੇ ਕੁਛ ਵੀ ਨਹੀਂ ਆਉਣਾ। ਅਸੀਂ 5 ਪਿੱਛੇ ਬਚਪਨ ਚ ਇੱਕ ਬੰਦਾ ਕੁੱਟਿਆ ਸੀ, ਬਹੁਤ ਕੁੱਟਿਆ ਸੀ, 5 ਵਾਲਾ ਅਸੀਂ ਮੈਚ ਜਿੱਤ ਗਿਆ ਸਾ। ਚਲੋ ਅਸੀਂ ਮੈਚ ਸ਼ੁਰੂ ਕਰਨ ਲੱਗੇ ਹਾਂ, ਸਾਰਾ ਕੁਛ ਐਂਡ ਹੋ ਗਿਆ ਹੋਇਆ, ਠੀਕ ਹੈ। ਤੇ ਉਹ ਪਿੱਛੇ ਕੱਲ ਨੂੰ ਵੱਜ ਕੇ ਵਾਪਸ ਆਏਗੀ ਤੇ 12 ਸਕੋਰ ਮਿਲਣ ਜਿਵੇਂ ਫਰੀਦੀ ਨੂੰ ਮਿਲਿਆ ਸੀ ਇੱਕ ਦਫਾ 12, ਠੀਕ ਹੈ। ਤੇ ਉਹਦੇ ਬਾਅਦ ਚੋ ਇਹ ਸਾਡੀ ਬਾਉਂਡਰੀ ਹੈਗੀ ਹੈ ਮੰਜੀ ਵਾਲੀ, ਠੀਕ ਹੈ। ਸਕਰੀਨ ਕੋਈ ਨਹੀਂ ਹੈ ਵੇ, ਤੇ ਇਹ ਬੰਦਾ ਤਾਂ ਖਾ ਰਿਹਾ ਕਿਉਂਕਿ ਫਰੀਦੀ ਦਾ ਨਾਮ ਆ ਗਿਆ, ਫਰੀਦੀ ਇੱਕ ਜਿੱਤ ਗਏ ਨੇ, ਠੀਕ ਹੈ ਭਰਾ ਜੀ। ਇਹ ਇੱਛੀ ਜੇ, ਠੀਕ ਹੈ। ਤੇ ਇਹ ਮੌਸਮ ਹੈਗਾ ਜੇ, ਹਾਂਜੀ ਭਰਾ ਜੀ, ਜਿੱਤ ਕੇ ਕੀ ਲੱਗਾ ਜੇ ਤੁਹਾਨੂੰ, ਕੀ ਫੀਲ ਹੋਇਆ? ਮਾਈਕ ਵੱਲ ਵੇਖੋ ਨਾ। ਅੱਛਾ ਤੁਸੀਂ ਦੱਸੋ, ਇਹਨਾਂ ਦੀ ਪਿੱਧੀ ਲਵਾਈ ਹੈ? ਇਹ ਭਰਾ ਜੀ ਇਹ ਬਾਹਰ ਵਾਲੇ ਹੈਗੇ ਨੇ, ਤੁਹਾਨੂੰ ਅਗਲੀ ਵਾਰ ਲਕਸ ਵੋਟ ਵਾਲਿਆਂ ਨੇ ਵੋਟ ਦੇਣ ਬੁਲਾਉਣਾ, ਤੁਸੀਂ ਲਕਸ ਸਾਬ ਨਾਲ ਨਹਾਉਣਾ ਜਿਹੜਾ ਤੁਹਾਨੂੰ ਮਿਲਣਾ ਹੈਗਾ, ਠੀਕ ਹੈ। ਤੇ ਇਸ ਤਰ੍ਹਾਂ ਅਸੀਂ ਹਾਰ ਗਏ ਮੈਚ, ਤੇ ਇਹ ਜਿੱਤ ਗਏ ਨੇ, ਤੇ ਇਹ ਜਿੱਤ ਗਏ ਨੇ। ਤੇ ਹੁਣ ਅਸੀਂ ਵਲੋਗ ਦਾ ਅੱਗੇ ਮਤਲਬ ਕੰਟੀਨਿਊ ਕਰਨੇ, ਬਾਅਦ ਚੱਲੇ ਅਸੀਂ, ਠੀਕ ਹੈ। ਤੇ ਦੇਖੋ ਇਹ ਹੁਣ ਸਬਜ਼ੀ ਲੈਣ ਨਿਕਲਣ ਲੱਗਾ ਘਰੋਂ ਬਾਹਰ, ਠੀਕ ਹੈ। ਤੇ ਇਹ ਮੋਟਰਸਾਈਕਲ ਖੜੀ, ਲੇਕਿਨ ਇਹਨੇ ਤੇ ਨਹੀਂ ਜਾਣਾ ਹੈਗਾ, ਉਹ ਇੱਕੋ ਸਬਜ਼ੀ ਵਾਲਾ ਬੈਠਾ ਹੈਗਾ, ਇੱਕੋ ਸਬਜ਼ੀ ਵਾਲਾ ਬੈਠਾ ਹੈਗਾ ਮਕੈਨਿਕ ਤੋਂ ਅੱਗੇ, ਤੇ ਇਸ ਲਈ ਇਹਨਾਂ ਕੋਲ ਸਬਜ਼ੀ ਲੈਣ ਜਾਵਾਂਗੇ ਤੇ ਪੁੱਛਦੇ ਹਾਂ ਕੀ ਰੇਟ ਚੱਲ ਰਹੇ ਨੇ ਸਬਜ਼ੀਆਂ ਦੇ, ਠੀਕ ਹੈ। ਤੇ ਇਹ ਤਕਰੀਬਨ ਸਬਜ਼ੀਆਂ ਵੀ ਨੇ ਨਾਲ, ਅਤੇ ਨਾਲ ਇਹਨੇ ਕਰਿਆਨੇ ਵਾਲਾ ਕੰਮ ਵੀ ਸ਼ੁਰੂ ਕੀਤਾ ਹੋਇਆ, ਠੀਕ ਹੈ। ਅਤੇ ਹੋਰ ਇਹਨਾਂ ਕੋਲੋਂ ਸਬਜ਼ੀਆਂ ਪਤਾ ਕਰਨੇ ਬਈ, ਐਸਾ ਕਰੇ 1/2 ਕਿਲੋ ਮੇਥੀ ਕਰਦੇ ਹਾਂ ਔਰ 1/2 ਕਿਲੋ ਆਲੂ ਕਰਦੇ ਹਾਂ।
ठीक है, तो ये देख लें फ्रेश सब्जी है इनके पास, तो इसलिए हम ज़्यादातर इनसे लेने आते हैं। ठीक है, तो सर्दियों का मौसम है तो आलू वगैरह के नए भी आ रहे हैं, पुराने भी आ रहे हैं, और ये पालक भी पड़ी हुई है, ये भी फ्रेश है। ठीक है, एंड दूसरा ये मेथी भी फ्रेश है, इसलिए इनके भाई को लेना है। ठीक है, तो भाई तोड़ के दे देंगे, सही है। और भाई गाजरें वगैरह नहीं ले आके रखेंगे, गजरेलियाँ वास्ते गाजरें वगैरह ले आके रखें सुबह। चलो ठीक है, ये सब्जी ले ली थी। ठीक है, तो यह घर जा रहे हैं बिल्कुल। ठीक है, तो वापस घर जा रहे हैं आप। ठीक है, सब्जी तो आप ले ली, तो हूँ आप घर जा, सब्जी लेके आए आलू मेथी। ठीक है, तो यह घर ले आके रख दी, हूँ इन्हें मजीद बनाओ, तो फिर आप खावे शाम होने वाली। तो यह मेरे चूचियाँ का केज है जिन्हें सील में रखे, तो पहले वीडियो बहाए ने, तो यह थले वाले साइड से रखे, नाल बुरा रखा हुआ ताकि ठंड वगैरह ना लगे। ठीक है, एलसीडी वगैरह सारा कुछ बंद है, इसलिए सारे छाते फेर हैं, तुम्हें पता है सर्दियाँ ठंडी हवा भी चाहिए होंगी। तो सब्जी लिया थी फिलहाल, तो तुम्हें पता है फिर कट्टन वास्ते चीज़ें भी चाहिए होंगी, मैं परात फाड़ ली। ठीक है, तो यह बर्तन धोने वाले पैन, क्योंकि ठंडे पानी ना साढ़े घर दौरे पैदे ने, ठंडे पानी ना धोने ना पै जाए, इसलिए पानी तुम्हें पता है फिर सर्दियों 5 बजे के बाद ही आएगा, 6 बजे, तो फिर उदो असी पानी चला के ताज़े पानी ना घर बर्तन वगैरह वॉश कर लेंगे। रात छुरी लिया के रख दी, तो यह मेथी खोल के चेक कर रही, सुनियाँ वगैरह ना हो, इन्हों डर लगता है ना, तो इसलिए हूँ फिर लाल कट्टे, फिर उन्हें बाद बनाएंगे, तो बर्तन भी वॉश करने वाले पैन ने, तो वो तुम्हें पता है फिर ताज़े पानी तो बेचेंगे, ठंड बड़ी। चलो शुरू कर लो हूँ इन्हों भी कटना, घर से ही रौला होंगे, एक दफा तो बुढ़िया चीज़ याद रही कौन, इसलिए फिर मैंने दोबारा भेजा, टोकरी भी लैके आ। ठीक है, तो यह मैं पईया रोटियां वेखिया ने, यह फिलहाल सुकिया रोटियां, तेरे मैं जाके चूचा पाना वा। ठीक है, तो यह इन्हें रख के तो आप लै जाने नाल के कमरे, तो जाके टोकरी फड़ा के, तो फिर आप रोटियां बरीक करके चूचा पावे। हेलो, यह आ गई जी टोकरी। ठीक है, इन्हें वे तुम हूँ आलू वगैरह कट्टो, तो यह रोटियां मैं चूचा वास्ते लै जावा। ठीक है, तो यह कट रहा बना लो, तो आप चूचा जाके रोटियां पाने, छोटे भरा देता वीरे को, यह छोटिया रोटियां रोटियां कर रहे हैं, ओटा को बरीक दाना कर जिन्ना को चूचा गले में जा सके आराम, यह थोड़े थोड़े व्डे ने, तो इन्होंने मजीद छोटे करके, तो फिर उन्होंने छड़ के पाने। ठीक है, तो यह बई कर रहे हैं, होर कौन जित रहा मैच, मैच का की सीन चल रहा है? अच्छा अच्छा अच्छा, टीम बदल ली मेरे जान दे फौरन बाद। मजबूत होंगे, भरा जी सारा लोग सारा कुछ डिटेल देंदे रहने सारे दिन की, खान लगे पिछे मैच लगा हुआ, खा लैन, फिर बाद चुनाव बंद कर देंगे। ठीक है, चाचा अच्छ बोतल भी आ रहा है, तो पैसे कटो जरा, यह तुम कह रहे थे असं तुम बोतल पियावे, शर्मा रहे ने, इन्हों पता है कि इन्होंने को अज इनकी इज्जत बड़ी है, अज पैसे कटा के बहरों ले आए ने, तो हूँ बटवा ढीला कर लगे ने, तो असं बोतल लैके आने लीडर की, कोक की सारे ने पीनी है, ए मेरी टीम है, मेरे मजदूर ने। ठीक है, तो वेख लक्स लक्स आ सदना तेन उ अल्लाह यार, तू मेनू शहन शाह कहंदा प्यास है, वेखो हेलो दस, तो मेरे को निकले आए ना 110 पांच, तो कितों लड़ दिंदे पिया जी, 150 तू नाल जाते चुक के लिया, नाल दी पार्क बहुत सजी हुई है, बहुत हालात खराब ने पाकिस्तान दे, ते बोतल दे दियो, बोतल आ गई, ए जनाब नू मिल गई हुई, ते बोतल आ गई जेड़े 10 रुपए दिते सी, उस हिसाब दे थले दौड़ ला गई पिछे समान भी। ठीक है, ते बाकी आ देख लो, सिर्फ इन्ना गिलास ही मिलिया, फुल सर्दी विच भी बोतल पीने दे शौकीनां नू पता होगा क्या दुख इन्नी भी बड़ी हुंदी। हां जी मलंग ते नंग कौन हुण वी सब भुख पा ली, बहार हो जाना तेनू, ऐ थले माशाल्लाह ड्रेसिंग वेखो, ते इसे दे नाल असीं आपदे व्लॉग दा एंड करदे जा रहे क्योंकि शाम हो रही है। ठीक है, ते मेरे खिलाड़ी मजदूर भी थक गए ने। ठीक है, ते बाकी फिर तुहानू मिलने आ इंशाल्लाह नैक्सट व्लॉग च, ते